ਸਤਿ ਸ਼੍ਰੀ ਅਕਾਲ ਪੰਜਾਬੀਓ। ਵੈਸੇ ਤਾਂ 2-3 ਦਿਨ ਦਾ ਜਿਹੜਾ ਮਸਲਾ ਕਾਫੀ ਭਖਿਆ ਹੋਇਆ ਅਤੇ ਸਾਨੂੰ ਅੱਜ ਹੀ ਜਿਹੜਾ ਉਹ ਪਤਾ ਲੱਗਿਆ ਕਿ ਰਾਤ ਪਤਾ ਲੱਗਿਆ ਕਿ ਇੱਕ ਨੌਜਵਾਨ ਜਿਹਨੂੰ ਫਰੀਦਕੋਟ CAE ਸਟਾਫ ਦੇ ਵਿੱਚ ਚੱਕ ਲਿਆ ਜਾਂਦਾ ਹੈ। 18 ਤਰੀਕ ਦੀ ਇਹ ਘਟਨਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਚੱਕ ਕੇ ਉਸ ਨੌਜਵਾਨ ਦੀ ਇੰਨੀ ਜਿਹੜੀ ਕੁੱਟਮਾਰ ਆ ਉਹ ਕਰ ਦਿੱਤੀ ਜਾਂਦੀ ਆ ਅਤੇ ਉਹਦੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਮੌਤ ਤੋਂ ਬਾਅਦ ਜਿਹੜਾ ਉਹਨੂੰ ਉਹਦੀ ਲਾਸ਼ ਆ ਜਿਹੜੀ ਉਹਨੂੰ ਖੁਰਦ ਬੁਰਦ ਕਰ ਦਿੱਤਾ ਜਾਂਦਾ ਅਤੇ ਉਹ ਤੋਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਹੈ ਕਿ CAE ਇੰਚਾਰਜ ਜਿਹੜਾ ਨਰਿੰਦਰ ਸਿੰਘ ਉਹ ਵੀ ਗੋਲੀ ਮਾਰ ਕੇ ਆਪਦੇ ਖੁਦਕੁਸ਼ੀ ਕਰ ਜਾਂਦਾ। ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ, ਹਾਲੇ ਤੱਕ ਵੀ ਕੱਲ੍ਹ SSP ਨੂੰ ਵੀ ਉੱਥੋਂ ਦੇ ਜਿਹੜੇ ਲੋਕ ਸੀਗੇ ਫਰੀਦਕੋਟ ਦੇ ਨੇੜਲੇ ਪਿੰਡਾਂ ਦੇ ਜਾ ਕੇ ਮਿਲੇ ਨੇ ਪੰਚਾਇਤੀ ਲੋਕ, ਤਾਂ ਉਹ ਵੀ ਕੋਈ ਰਾਹ ਨਹੀਂ ਪਾ ਰਹੇ ਗੱਲ ਵੀ ਇਹ, ਉਹ ਕਹਿੰਦੇ ਵੀ ਅਸੀਂ ਹਲੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ, ਇਹਦੀ ਜਾਂਚ ਆ ਉਹ ਕਰ ਰਹੇ ਹਾਂ ਅਤੇ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆ ਸਕੀ। ਇਹਨਾਂ ਨੇ ਕਹਾਣੀ ਜਿਹੜੀ ਪੁਲਿਸ ਨੇ ਬਣਾਈ ਹੈ ਉਹ ਕਹਿੰਦੇ ਵੀ ਉਹ ਮੁੰਡਾ ਖੁਦਕੁਸ਼ੀ ਕਰ ਗਿਆ। ਇਹਨਾਂ ਨੇ ਲਾਸ਼ ਨੂੰ ਲਮਕਦਾ ਦਿਖਾਇਆ CAE ਦੇ ਵਿੱਚ। ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਵੀ ਉਹ CAE ਦੇ ਵਿੱਚ ਰਹਿ ਕੇ ਆਇਆ ਰਾਤ, ਮੈਨੂੰ ਪਤਾ ਕਿ ਪਹਿਲੀ ਗੱਲ ਤਾਂ ਜਿਹੜੀ ਹਵਾਲਾਤ ਦੇ ਵਿੱਚ ਬੰਦੇ ਨੂੰ ਬੰਦ ਕਰਦੇ ਆ ਉਹਦੇ 'ਚ ਕੋਈ ਪੱਖਾ ਨਹੀਂ ਹੁੰਦਾ ਲੱਗਿਆ ਵੀ ਪੱਖੇ ਨਾਲ ਲਮਕ ਕੇ ਮਰ ਗਿਆ। ਉਹ 'ਚ ਕੋਈ ਕੁੰਡੀ ਨਹੀਂ ਹੁੰਦੀ ਕਿਸੇ ਪ੍ਰਕਾਰ ਦੀ ਵੀ ਉਹਦੇ ਨਾਲ ਲਮਕ ਕੇ ਮਰ ਗਿਆ। ਕੋਈ ਤੁਹਾਨੂੰ ਦੁਪੱਟਾ, ਕੋਈ ਪੱਗ, ਕੋਈ ਅੰਦਰ ਨਹੀਂ ਲਿਜਾਣ ਦਿੰਦੇ, ਕੋਈ ਬਿਜਲੀ ਦੀਆਂ ਸੁੱਚਾਂ ਨਹੀਂ ਹੁੰਦੀਆਂ ਅੰਦਰ ਵੀ ਲਾਈਟ ਨਾਲ ਲਾ ਕੇ ਮਰ ਗਿਆ। ਫਿਰ ਬੰਦਾ ਪਹਿਰੇ ਦੇ ਬੈਠਾ ਹੁੰਦਾ, ਬਾਰ 'ਚ ਪਹਿਰੇ ਦੇ ਬਿਠਾ ਕੇ ਰੱਖਦੇ ਆ, ਫਿਰ ਉਹਦੇ ਉੱਤੇ ਵਿੱਚ ਮਤਲਬ ਕਿ ਕਮਰੇ ਦੇ ਵਿੱਚ ਕੈਮਰਾ ਲੱਗਿਆ ਹੋਇਆ ਜਿਹਨੂੰ ਬੈਠੇ ਦੂਜੇ ਪਾਸੇ ਮੁਲਾਜ਼ਮ ਜਿਹੜੇ ਬੰਦ ਹੁੰਦੇ ਆ ਬੰਦੇ ਉੱਥੇ ਬੰਦੀ ਉਹਨਾਂ ਦੀ ਜਿਹੜੀ ਸਾਰਾ ਦੇਖ ਰਹੇ ਹੁੰਦੇ ਆ ਵੀ ਕੀ ਉਹ ਕੀ ਅੰਦਰ ਨਕਲੋ ਹਰਕਤ ਕੀ ਕਰ ਰਹੇ ਨੇ ਅੰਦਰ ਬੰਦੇ ਜਿਹੜੇ ਬੈਠੇ ਆ। ਸੋ ਕਹਾਣੀ ਨੂੰ ਕਿਵੇਂ ਬਣਾਇਆ ਜਾ ਰਿਹਾ, ਕਿਵੇਂ ਮਤਲਬ ਕਿ ਕਿੱਧਰ ਨੂੰ ਕਹਾਣੀ ਗਈ, ਕਿੱਧਰ ਨੂੰ ਜਿਹੜਾ ਤੋਰਤਾ, ਜਿਹੜਾ ਪਤਾ ਲੱਗਿਆ ਉੱਥੇ ਅਸੀਂ ਹੁਣ ਪਹੁੰਚ ਰਹੇ ਹਾਂ, ਅਸੀਂ ਫਰੀਦਕੋਟ ਹੀ ਪਹੁੰਚਣ ਵਾਲੇ ਹਾਂ ਅਤੇ ਅਸੀਂ ਪਿੰਡਾਂ ਦੇ ਵਿੱਚੋਂ ਵੀ ਪਤਾ ਕੀਤਾ ਆਸੇ ਪਾਸਿਓਂ ਉਹ ਮੁੰਡਾ ਨਾਨਕੇ ਆ ਕੇ ਉਹਦੇ ਰਹਿੰਦਾ ਸੀ। ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸ ਕੁੜੀ ਦਾ ਮੁੰਡੇ ਦਾ ਕਿਸੇ ਕੁੜੀ ਨਾਲ ਕੋਈ ਗੱਲਬਾਤ ਸੀਗੀ ਅਤੇ ਹਾਲੇ ਪੂਰੀ ਕਹਾਣੀ ਹੈ ਜਿਹੜੀ ਉੱਥੇ ਜਾਣ 'ਤੇ ਸਾਨੂੰ ਪਤਾ ਲੱਗੂਗਾ। ਬਾਕੀ ਫਿਰ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਕਿ ਉਹ ਹੈ ਕੀ ਅਸਲ ਕਹਾਣੀ, ਕਿਉਂ ਮੁੰਡੇ ਨੂੰ ਚੱਕਿਆ ਗਿਆ। ਚਲੋ ਯਾਰ ਆਪਾਂ ਮੰਨਦੇ ਹਾਂ ਕਿ ਮੁੰਡੇ ਦੀ ਕੋਈ ਗਲਤੀ ਸੀ, ਉਹਦੀ ਕੁੜੀ ਨਾਲ ਕੋਈ ਗੱਲਬਾਤ ਸੀ ਜਾਂ ਕੋਈ ਹੋਰ ਕਿਸੇ ਪ੍ਰਕਾਰ ਦਾ ਕੋਈ ਚੱਕਰ ਸੀ, ਪਰ ਇਹ ਪੁਲਿਸ ਨੂੰ ਅਧਿਕਾਰ ਨਹੀਂ ਹੈਗਾ ਕਿ ਕਿਸੇ ਵੀ ਇਸ ਤਰ੍ਹਾਂ ਇਨਸਾਨ ਨੂੰ, ਕਿਸੇ ਨੌਜਵਾਨ ਨੂੰ ਚੱਕ ਕੇ ਜਿਹੜਾ ਉਹ ਮਾਰ ਦਿੱਤਾ ਜਾਂਦਾ। ਅਤੇ ਮੈਂ ਅਪੀਲ ਕਰਦਾ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਿ ਜੇ ਸਾਨੂੰ ਲੱਗਦਾ ਕਿ ਸਾਨੂੰ ਕੋਈ ਇਨਸਾਫ ਆ ਜਿਹੜਾ ਉਹ ਕਿਸੇ ਸਰਕਾਰਾਂ ਤੋਂ, ਕਿਸੇ ਅਧਿਕਾਰੀਆਂ ਤੋਂ ਮਿਲ ਜੂਗਾ ਤਾਂ ਇਹ ਤੁਸੀਂ ਭੁੱਲ ਜਾਓ, ਇਨਸਾਫ ਨਹੀਂ ਮਿਲਣਾ। ਤਾਂ ਇਹ ਇਨਸਾਫ ਲੈਣ ਲਈ ਇਸ ਇਨਸਾਨ ਦੀ ਗੱਲ ਨਹੀਂ ਹੈਗੀ, ਇਸ ਨੌਜਵਾਨ ਦੀ ਗੱਲ ਨਹੀਂ ਹੈਗੀ, ਗੱਲ ਕਹਿੰਦੇ ਸਹੇ ਦੀ ਨਹੀਂ ਹੁੰਦੀ, ਗੱਲ ਪਹੇ ਦੀ ਹੁੰਦੀ ਹੈ। ਕੱਲ੍ਹ ਨੂੰ ਫਿਰ ਕਿਤੇ ਵੀ ਕੋਈ ਵੀ ਨੌਜਵਾਨ ਜਾਂ ਕੋਈ ਵੀ ਇਨਸਾਨ ਚੱਕ ਕੇ ਇਸ ਤਰ੍ਹਾਂ ਮਾਰਿਆ ਜਾ ਸਕਦਾ ਅਤੇ ਉਹਨੂੰ ਇਹ ਆਤਮ ਹੱਤਿਆ ਕਹਿ ਕੇ, ਖੁਦਕੁਸ਼ੀ ਕਹਿ ਕੇ ਮਿੱਟੀ ਪਾ ਸਕਦੇ ਆ ਗੱਲਬਾਤ ਅਤੇ ਦੱਬ ਸਕਦੇ ਆ ਗੱਲਬਾਤ ਨੂੰ। ਅਤੇ ਇਹ ਘਟਨਾ ਜੇ ਅੱਜ ਇਸ ਨੌਜਵਾਨ ਨਾਲ ਵਾਪਰੀ ਹੈ, ਇਹ ਕਿਸੇ ਨਾਲ ਵੀ ਵਾਪਰ ਸਕਦੀ ਹੈ, ਕਿਉਂਕਿ ਪੁਲਿਸ ਵਾਲੇ ਡੱਕੇ ਹੋਏ ਸੀਗੇ ਸ਼ਰਾਬ ਦੇ ਨਾਲ ਅਤੇ ਡੱਕ ਕੇ ਸ਼ਰਾਬ ਦੇ ਨਾਲ ਉਹ ਨੌਜਵਾਨ ਜਿਹੜਾ ਇਹਨਾਂ ਨੇ ਮਾਰਤਾ। ਹੁਣ ਇੱਕ ਗੱਲ ਹੋਰ ਵੀ ਇਹ ਹੈਗੀ ਹੈਗੀ, SSP ਇਹ ਵੀ ਬਿਆਨ ਦੇ ਰਿਹਾ ਫਰੀਦਕੋਟ ਕੇ ਜਿਹਨੇ ਨਰਿੰਦਰ ਸਿੰਘ ਨੇ ਉਹਨੂੰ ਚੱਕਿਆ ਉਹ ਖੁਦ ਮਰ ਗਿਆ। ਇਕੱਲਾ ਨਰਿੰਦਰ ਸਿੰਘ ਨਹੀਂ ਹੋ ਸਕਦਾ, ਇਕੱਲਾ CAE ਇੰਚਾਰਜ ਨਹੀਂ ਹੋ ਸਕਦਾ ਦੋਸਤੋ। ਇਹਦੇ 'ਚ ਜਿਹੜੇ ਮਤਲਬ ਕਿ CAE ਸਟਾਫ ਦੇ ਵਿੱਚ ਕਿੰਨੇ ਮੁਲਾਜ਼ਮ ਹੋਰ ਨੇ, ਜਦੋਂ ਉਹਨੂੰ ਫੜਨ ਜਾਂਦੇ ਆ ਉਦੋਂ ਵੀ ਇਕੱਲਾ ਨਰਿੰਦਰ ਨਹੀਂ ਜਾਂਦਾ, ਜਦੋਂ ਲਿਆ ਕੇ ਉਹਦੀ ਕੁੱਟਮਾਰ ਹੁੰਦੀ ਆ ਉਦੋਂ ਵੀ ਇਕੱਲਾ
ਨਰਿੰਦਰ ਨਹੀਂ ਕੁੱਟਮਾਰ ਕਰਦਾ ਹੋਣਾ, ਉਹਦੀ ਹੋਰ ਮੁਲਾਜ਼ਮ ਵੀ ਹੋਣੇ ਆ। ਸੋ ਇਹ ਗੱਲ ਨਿਕਲਣੀ ਚਾਹੀਦੀ ਆ, ਜਿਹੜੇ ਬੰਦੇ ਵੀ ਦੋਸ਼ੀ ਨੇ, ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਕੁੱਟ ਕੇ ਮਾਰਿਆ ਨੌਜਵਾਨ ਨੂੰ ਜਾਂ ਲਾਸ਼ ਨੂੰ ਖੁਰਦ ਬੁਰਦ ਕੀਤਾ, 302 ਦੇ ਨਾਲ ਜਿਹੜਾ ਲਾਸ਼ ਖੁਰਦ ਬੁਰਦ ਕਰਨ ਦਾ ਧਾਰਾ ਹੈਗੀ ਹੈ, ਉਹ ਵੀ ਨਾਲ ਲੱਗਣੀ ਜ਼ਰੂਰੀ ਹੈ। ਸੋ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਯਾਰ ਜਿੱਥੋਂ ਤੱਕ ਆ ਮੇਰੀ ਆਵਾਜ਼ ਪਹੁੰਚੂਗੀ, ਅੱਜ SSP ਦਫ਼ਤਰ ਦਾ ਘਰਾਓ ਜਿਹੜਾ ਇੱਦੂ ਅੱਧੇ ਪੌਣੇ ਘੰਟੇ ਬਾਅਦ ਇੱਥੇ ਕਰਨ ਜਾ ਰਹੇ ਹਾਂ ਫਰੀਦਕੋਟ, ਕਾਫੀ ਹੋਰ ਵੀ ਕਈ ਜਥੇਬੰਦੀਆਂ ਵੀ, ਕਈ ਆਗੂ ਵੀ ਹੋਰ ਵੱਖ ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਆ ਰਹੇ ਨੇ। ਅਤੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਸ਼ਮੂਲੀਅਤ ਕਰੋ, ਤਾਂ ਜਾ ਕੇ ਇੱਕ ਤਾਂ ਉਸ ਵਿਚਾਰਾ ਜਿਹੜਾ ਮਾਰਿਆ ਹੋਇਆ ਇੱਕ ਬੱਚਾ ਮਾਰ ਦਿੱਤਾ ਗਿਆ, 20-21 ਸਾਲ ਦੀ ਉਮਰ ਆ ਉਹਦੀ ਸ਼ਾਇਦ, ਧਾਹਾਂ ਮਾਰਦੇ ਉਹਦੇ, ਮੈਂ ਤਾਂ ਹੁਣ ਉਹਨਾਂ ਦੇ ਉਹਦੇ ਪਰਿਵਾਰ ਦੀ ਇੱਕ ਵੀਡੀਓ ਦੇਖ ਕੇ ਹਟਿਆ, ਧਾਹਾਂ ਮਾਰਦੇ ਝੱਲੇ ਨਹੀਂ ਜਾਂਦੇ, ਕਿਵੇਂ ਉਹਦਾ ਦਾਦਾ ਜਾਂ ਉਹਦੇ ਰਿਸ਼ਤੇਦਾਰ ਜਿਹੜੇ ਰੋਂਦੇ ਨੇ ਬਿਲਕਦੇ ਨੇ ਕਿ ਕਿਵੇਂ ਸਾਡੇ ਮੁੰਡੇ ਨੂੰ ਚੱਕ ਕੇ ਲਿਜਾ ਕੇ ਇਹਨਾਂ ਨੇ ਮਾਰ ਕੇ ਖਪਾਤਾ ਭਰਾਵੋ। ਸੋ ਆਓ ਸਾਰੇ ਮੇਰਾ ਵੀਰ ਆਪਾਂ ਰਲ ਕੇ SSP ਦਫ਼ਤਰ ਜਿਹੜਾ ਇੱਥੇ ਮਿੰਨੀ ਸਕੱਤਰੇਤ ਦੇ ਵਿੱਚ ਹੈਗਾ, ਉੱਥੇ ਮੈਂ ਪਹੁੰਚਣ ਦੀ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ, ਜੇ ਅਸੀਂ ਚਾਹੁੰਦੇ ਹਾਂ ਕਿ ਉਸ ਪਰਿਵਾਰ ਨੂੰ ਵੀ ਇਨਸਾਫ਼ ਮਿਲੇ। ਅਤੇ ਇਹ ਜਿਹੜੇ ਜ਼ਾਲਮ ਲੋਕ ਨੇ ਇਹ ਬਖਸ਼ੇ ਨਾ ਜਾਣ, ਇਹ ਕੜਕੀ 'ਚ ਆਉਣ, ਅਤੇ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਹੋਰ ਨੌਜਵਾਨ ਨਾਲ ਇਸ ਤਰ੍ਹਾਂ ਦੀ ਇਨਸਾਨ ਨਾਲ ਕੋਈ ਘਟਨਾ ਨਾ ਵਾਪਰੇ। ਸੋ ਇਹ ਤਾਂ ਫਿਰ ਉਹ ਗੱਲਾਂ ਚੱਲ ਜਾਣੀਆਂ ਨੇ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਚੱਕ ਚੱਕ ਕੇ ਮਾਰ ਮਾਰ ਕੇ ਖਪਾ ਦਿੱਤਾ ਜਾਂਦਾ ਸੀ, ਕੋਈ ਪੁੱਛ ਪੜਤਾਲ ਨਹੀਂ ਹੋਈ। ਉਸ ਤਰ੍ਹਾਂ ਦਾ ਹਾਲਾਤ, ਉਸ ਤਰ੍ਹਾਂ ਦਾ ਮਾਹੌਲ ਜਿਹੜਾ, ਸਮਝ ਨਹੀਂ ਲੱਗ ਰਹੀ ਕਿ ਇਹ ਇੱਥੋਂ ਦੀਆਂ ਸਰਕਾਰਾਂ ਜਾਂ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਕੀ ਚਾਹੁੰਦਾ, ਕਿਉਂ ਇਸ ਤਰ੍ਹਾਂ ਜਿਹੜਾ ਨੌਜਵਾਨਾਂ ਨੂੰ ਬਿਨਾਂ ਕਸੂਰ ਤੋਂ ਇਸ ਤਰ੍ਹਾਂ ਮਾਰ ਦਿੱਤਾ ਜਾਂਦਾ ਅਤੇ ਫਿਰ ਡਰਾਮਾ ਬਣਾਇਆ ਜਾਂਦਾ। ਅਤੇ ਉਹ ਕਿੱਡੀ ਦਰਿੰਦਗੀ ਦੀ ਹੱਦ ਪਾਰ ਕਰ ਗਈ ਹੈ ਪੁਲਿਸ, ਲਾਸ਼ ਵੀ ਗਾਇਬ ਕਰ ਦਿੱਤੀ ਗਈ ਹੈ, ਲਾਸ਼ ਵੀ ਨਹੀਂ ਦੇ ਰਹੇ ਹੋ, ਲਾਸ਼ ਨੂੰ ਬਿਲਕ ਰਹੇ ਉਹਨਾਂ ਦਾ ਪਰਿਵਾਰ ਵੀ, ਅਸੀਂ ਸੰਸਕਾਰ ਹੀ ਕਰ ਲਈਏ, ਲਾਸ਼ ਹੀ ਦੇ ਦਿਓ ਯਾਰ। ਤੋ ਮੇਰਾ ਵੀਰ ਆਓ ਸਾਰੇ ਆਪਾਂ ਹੁਣ ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜੇ ਨੇੜਲੇ ਹੈਗੇ ਨੇ ਉਹ ਇੱਥੇ ਜ਼ਰੂਰ ਪਹੁੰਚਣ, ਨੇੜੇ ਨੇੜੇ ਪਿੰਡਾਂ ਵਾਲੇ ਜਿਹੜੇ ਕੋਈ ਇਨਸਾਨ ਲੋਕ ਮੇਰੀ ਨੌਜਵਾਨ ਮੇਰੀ ਗੱਲ ਸੁਣ ਰਹੇ ਨੇ ਤਾਂ ਉਹ ਜ਼ਰੂਰ ਪਹੁੰਚੋ, ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਕਤਲੇਆਮ ਆ ਜਿਹੜਾ, ਇਹ ਜ਼ੁਲਮ ਹੈ ਜਿਹੜਾ, ਇਹਨੂੰ ਠੱਲ ਪਾਉਣ ਲਈ ਲੋਕਾਂ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਜੇ ਅੱਜ ਆਪਾਂ ਇਕੱਠੇ ਹੋ ਕੇ ਇਹ ਇਨਸਾਫ਼ ਦਵਾ ਜਾਂਦੇ ਉਸ ਪਰਿਵਾਰ ਨੂੰ, ਤਾਂ ਜਾ ਕੇ ਕਿਤੇ ਇਹੋ ਜਿਹੇ ਮਸਲਿਆਂ ਨੂੰ ਠੱਲ ਪੈਣੀ ਹੈ। ਨਹੀਂ ਪਤਾ ਹੀ ਨਹੀਂ ਹੋਰ ਵੀ ਕਿੰਨੇ ਕੁ ਨੌਜਵਾਨਾਂ ਨੂੰ ਚੱਕ ਕੇ ਇੱਥੇ, ਪਤਾ ਨਹੀਂ ਕਾਸੇ ਨਾ ਕਾਸੇ ਦਾ ਬਹਾਨਾ ਲਾ ਕੇ ਕੋਈ ਮਾਰ ਦਿੱਤਾ ਜਾਣਾ ਮੁੜ ਕੇ। ਭਰਾਵੋ ਕਿਸੇ ਨਾਲ ਵੀ ਕਿਸੇ ਨੇ ਨਹੀਂ ਖੜਨਾ, ਜੇ ਅੱਜ ਉਸ ਨੌਜਵਾਨ ਨਾਲ ਵਾਪਰੀ ਹੈ ਕੱਲ੍ਹ ਨੂੰ ਇਹ ਘਟਨਾ ਤੁਹਾਡੇ ਕਿਸੇ ਨਾਲ ਵੀ ਵਾਪਰ ਸਕਦੀ ਹੈ, ਹੋਰ ਕਿਸੇ ਇਨਸਾਨ ਨਾਲ ਇਸ ਤਰ੍ਹਾਂ ਵਾਪਰ ਸਕਦੇ, ਮਾੜੀਆਂ ਮੋਟੀਆਂ ਗੱਲਾਂ ਹੋਣ ਤਾਂ ਪੁਲਿਸ ਨੂੰ ਫਿਰ ਮੂੰਹ ਪੈ ਜਾਣਾ ਵੀ ਉੱਥੇ ਉਹਨਾਂ ਨੇ ਮਾਰਤਾ, ਉਹਨਾਂ ਦਾ ਕੀ ਬਣਿਆ। ਸੋ ਆਓ ਆਪਾਂ ਸਾਰੀ ਗੱਲ ਨੂੰ ਬਾਹਰ ਕੱਢ ਕੇ ਲੈ ਕੇ ਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।